ਕਹਿੰਦੇ ਮੂਤ ਨਾ ਦਾੜੀਆਂ ਮੋਦਾਂਗੇ ਜੇ ਇੱਥੇ ਪੰਤਿਆਂ ਦੀ ਇੱਕ ਵੀ ਲੱਗਣੀ। ਅੱਜ ਮੈਂ ਉਹੀ ਪੰਤਿਆਂ ਨੂੰ ਕਹਿਣੀ ਆ ਵੀ ਮੈਨੂੰ ਆਏ ਦੱਸੋ ਵੀ ਮੈਂ ਮੱਝ ਦਾ ਮੂਤ ਲੈ ਕੇ ਆਵਾਂ ਜਾਂ ਗਾਂ ਦਾ ਲੈ ਕੇ ਆਵਾਂ ਆਰਾਮ ਦੇ। सेमिनार पता लग्या जिहदे विच उन्होंने लुधियाणे के बड़े सैमीनार दे विच उन्होंने दाढ़ी दे बारे इदा दा कहा कि मझ दा मैं जिदा बोल रहा कि मूत लैके आऊंगी दूध नाल धो लैण जे वो जान बुझ के उन्होंने वालों ये सदभावना ठेस पहुँचाई गई है। दाढ़ी बड़ा ही साढ़े लिए संवेदनशील मतलब धार्मिक इशू आ साडा मतलब धर्म नाल जुड़िया हुआ एक चिन्ह आ साडा। ਹੋਮੇ ਲਾ ਲਓ ਕੁਛ ਲਾ ਲਓ ਜੀ ਜੀ ਇਹ ਦੂਜੇ ਨੂੰ ਨੀਚਾ ਦਿਖਾਉਣਾ ਚਾਹੁੰਦੀ ਹੈ ਜੀ। ਇਹ ਜਿਹੜੇ ਸ਼ਬਦ ਬੋਲੇ ਗਏ ਆ ਜੀ ਜੀ ਇਹ ਉਹ ਜਿਹੜੇ ਕੁਛ ਬੰਦੇ ਜਨ ਮੰਨ ਲਓ ਜਿਹੜੇ ਇਹਨਾਂ ਦੇ ਐਂਟੀ ਜਾਂ ਕੁਛ ਵੀ ਸੀ ਉਹਨਾਂ ਨੂੰ ਨੀਚਾ ਦਿਖਾਉਣ ਲਈ ਜਾਣ ਬੁੱਝ ਕੇ ਬੋਲੇ ਗਏ ਆ ਜੀ। ਵੀ ਬੀਬੀ ਜਿਹੜੇ ਤੂੰ ਦਾੜੀਆਂ ਬਾਰੇ ਕਮੈਂਟ ਕੀਤਾ ਸੀ ਜੀ ਵੀ ਜੇ ਤੈਨੂੰ ਕਿਸੇ ਬੰਦੇ ਨੇ ਕਿਹਾ ਇਹ ਗੱਲ ਕਹੀ ਆ ਤਾਂ ਉਹਦਾ ਨਾਂ ਲੈ ਨਹੀਂ ਇੱਥੇ ਸਪਸ਼ਟੀ ਕਰਦੇ। ਇਹ ਬੀਬੀ ਉਲਟਾ ਮੈਨੂੰ ਝਗੜ ਕੇ ਮੈਨੂੰ ਕਹਿੰਦੀ ਆ ਤੂੰ ਅੱਖ ਨੀਵੀਂ ਕਰ ਜੇ ਬੋਗ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤਾਂ ਇੱਕ ਵਾਰ ਤੁਸੀਂ ਇਹ ਇੱਕ ਵੀਡੀਓ ਦੇਖ ਲਓ ਜਿਸ ਦੇ ਵਿੱਚ ਇੱਕ ਮਹਿਲਾ ਸਰਪੰਚ ਵੱਲੋਂ ਕੁਛ ਸਿੱਖਾਂ ਪ੍ਰਤੀ ਮੰਦਭਾਗੀ ਸ਼ਬਦ ਬੋਲੇ ਜਾ ਰਹੇ ਨੇ ਤਾਂ ਇੱਕ ਵਾਰ ਤੁਸੀਂ ਇਹ ਸਾਰੀ ਵੀਡੀਓ ਵੇਖ ਲਓ ਅਤੇ ਇਸ ਤੋਂ ਬਾਅਦ ਅਸੀਂ ਅਗਲੀ ਗੱਲ ਸ਼ੁਰੂ ਕਰਾਂਗੇ। ਉਹਨਾਂ ਦੇ ਗੇਟ ਪਿਛਲੀ ਗਲੀ ਨੂੰ ਵੀ ਨਿਕਲਦੇ ਸੀ ਬਾਕਾਇਦਾ ਉਹਨੇ ਗਲੀ ਬਣਾਈ ਆ ਤੇ ਉੱਥੇ ਇੰਟਰਲੌਕ ਨਾਲ ਬਣਵਾਈ ਸੀ ਵੀ ਚਲੋ ਇਹਨਾਂ ਦੇ ਗੇਟ ਇੱਧਰ ਨਿਕਲਦੇ ਕਰਵਾ ਦਾਂਗੇ ਆਪਾਂ। ਕਹਿੰਦੇ ਨਾ ਜੀ ਕਹਿੰਦੇ ਮੂਤ ਨਾ ਦਾੜੀਆਂ ਮੋਦਾਂਗੇ ਜੇ ਇੱਥੇ ਪੰਚਾਇਤ ਦੀ ਇੱਕ ਇੱਟ ਵੀ ਲੱਗਣ ਦੀ ਸੀ। ਅੱਜ ਮੈਂ ਉਹੀ ਬੰਦਿਆਂ ਨੂੰ ਕਹਿਣੀ ਆ ਵੀ ਮੈਨੂੰ ਆਏ ਦੱਸੋ ਵੀ ਮੈਂ ਮੱਝ ਦਾ ਮੂਤ ਲੈ ਕੇ ਆਵਾਂ ਜਾਂ ਗਾਂ ਦਾ ਲੈ ਕੇ ਆਵਾਂ ਰਾਮਦੇਵ ਤੋਂ। ਉਹ ਬੰਦਿਆਂ ਨੂੰ ਅੱਜ ਮੈਂ ਸਵਾਲ ਪੁੱਛ ਕਰਦੀ ਆ। ਉਸ ਤੋਂ ਬਾਅਦ ਸਟੇ ਲਈ ਚਲੋ ਜੀ ਅਸੀਂ ਸਟੇ ਕਢਵਾਈ ਤੇ ਮੇਰੇ ਮੈਮ ਮੇਰੇ ਨਾਲ ਉਸ ਟਾਈਮ ਤੇ ਮੇਰਾ ਪੰਚਾਇਤ ਮੈਂਬਰ ਵੀ ਨਹੀਂ ਸੀ ਖੜਾ ਜਿੱਦਣ ਮੈਂ ਗੁਰਦੁਆਰਾ ਸਾਹਿਬ ਦੀ ਨਿਉਂ ਕਢਾਉਣ ਲੱਗੀ ਸੀ ਤੇ ਮੈਂ ਕੱਲੀ ਸੀ ਤੇ 60 ਬੰਦਿਆਂ ਨਾਲ ਕੱਲੀ ਬੋਲ ਰਹੀ ਸੀ ਮੈਂ 60 ਬੰਦਿਆਂ ਨਾਲ 60 ਬੰਦੇ ਮੈਨੂੰ ਕਈਆਂ ਲੈ ਕੇ ਮਾਰਨ ਆਏ ਸੀ ਕਿ 60 ਬੰਦੇ ਠੀਕ ਹੈ। ਉਸ ਤੋਂ ਬਾਅਦ ਹੋਇਆ ਚਲੋ ਉਹ ਵੀ ਕੰਮ ਕਰਵਾਇਆ ਤੇ ਮੇਰੇ ਪਿੰਡ ਦੇ ਵਿੱਚ ਮੜਿਆਣੀ ਦਾ ਤੁਸੀਂ ਨਾਂ ਸੁਣਿਆ ਹੋਵੇ ਨਸ਼ੇ ਦੇ ਵਿੱਚ ਮੇਰਾ ਨੰਬਰ 1 ਹਲਕੇ ਦਾਖੀ ਚੋਂ ਮੇਰਾ ਨੰਬਰ 1 ਪਿੰਡ 1 ਨੰਬਰ। ਤੁਸੀਂ ਦੇਖਿਆ ਕਿ ਵੀਡੀਓ ਦੇ ਵਿੱਚ ਇੱਕ ਮਹਿਲਾ ਸਰਪੰਚ ਜੋ ਮੜਿਆਣੀ ਪਿੰਡ ਦੀ ਆ ਜੋ ਆਪਣੇ ਕੰਮਾਂ ਕਰਕੇ ਬਹੁਤ ਵਾਰ ਚਰਚਾ ਵਿੱਚ ਰਹੀ ਪਰ ਸ਼ਾਇਦ ਇਸ ਮਹਿਲਾ ਸਰਪੰਚ ਨੂੰ ਮੌਕੇ ਤੇ ਚੌਕਾ ਮਾਰਨ ਦਾ ਹਿਸਾਬ ਬਹੁਤ ਤਰੀਕੇ ਨਾਲ ਵਧੀਆ ਆਉਂਦਾ ਕਿਉਂਕਿ ਇਹ ਮਹਿਲਾ ਜਿਵੇਂ ਜਿਵੇਂ ਕਿ ਸਰਕਾਰਾਂ ਬਦਲਦੀਆਂ ਰਹੀਆਂ ਉਵੇਂ ਉਵੇਂ ਹੀ ਆਪਣੇ ਕੰਮਾਂ ਕਰਕੇ ਸਟੈਂਡ ਲੈਣ ਵਾਸਤੇ ਫੇਮਸ ਹੋਣ ਵਾਸਤੇ ਚਰਚਾ ਦਾ ਵਿਸ਼ਾ ਰਹੀ ਪਰ ਹੁਣ ਇੱਕ ਨਾਰੀ ਸੰਚਾਲਨ ਪ੍ਰੋਗਰਾਮ ਦੇ ਵਿੱਚ ਇਸ ਮਹਿਲਾ ਸਰਪੰਚ ਵੱਲੋਂ ਜੋ ਮੰਡਿਆਣੀ ਪਿੰਡ ਦੀ ਆ ਮੁੱਲਾਪੁਰ ਦੇ ਨਾਲ ਹੀ ਜਦੋਂ ਲੁਧਿਆਣੇ ਨੂੰ ਜਾਂਦੇ ਹਾਂ ਮੰਡਿਆਣੀ ਪਿੰਡ ਦੀ ਸਰਪੰਚ ਆ ਗੁਰਪ੍ਰੀਤ ਕੌਰ ਉਹਨਾਂ ਵੱਲੋਂ ਇੱਕ ਮਹਿਲਾ ਸੰਚਾਲਨ ਪ੍ਰੋਗਰਾਮ ਦੇ ਵਿੱਚ ਇੱਕ ਸਿੱਖਾਂ ਪ੍ਰਤੀ ਮੰਦਭਾਗੀ ਸ਼ਬਦ ਬੋਲੇ ਗਏ ਨੇ ਯਾਨੀ ਕਿ ਦਾੜ੍ਹੀ ਨੂੰ ਲੈ ਕੇ ਸਿੱਖਾਂ ਦੀ ਦਾੜ੍ਹੀ ਨੂੰ ਲੈ ਕੇ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਬੇਅਦਬੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਕਦੇ ਸਿੱਖ ਦੇ ਕਕਾਰਾਂ ਦੀ ਬੇਅਦਬੀ ਕਦੇ ਸਿੱਖ ਦੀ ਦਸਤਾਰ ਦੀ ਬੇਅਦਬੀ ਅਤੇ ਪਰ ਹੁਣ ਇੱਕ ਮਹਿਲਾ ਸਰਪੰਚ ਵੱਲੋਂ ਸਿੱਖਾਂ ਦੀ ਦਾੜ੍ਹੀ ਨੂੰ ਲੈ ਕੇ ਇੱਕ ਬਹੁਤ ਹੀ ਮੰਦਭਾਗੀ ਸ਼ਬਦ ਬੋਲੇ ਗਏ ਨੇ। ਸਭ ਤੋਂ ਪਹਿਲਾਂ ਅਸੀਂ ਮੰਡਿਆਣੀ ਪਿੰਡ ਸਾਡੇ ਨਾਲ ਬਾਈ ਜੀ ਆ ਉਹਨਾਂ ਨਾਲ ਗੱਲਬਾਤ ਕਰਦੇ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਆ ਜੀ ਆਪਣਾ? ਮੇਰਾ ਨਾਮ ਬਲਜਿੰਦਰ ਸਿੰਘ ਆ ਜੀ। ਬਲਜਿੰਦਰ ਸਿੰਘ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ? ਮੰਡਿਆਣੀ ਪਿੰਡ ਦਾ ਰਹਿਣ ਵਾਲਾ ਜੀ। ਮੰਡਿਆਣੀ ਪਿੰਡ ਦੇ ਰਹਿਣ ਵਾਲੇ ਹੋ? ਇਸ ਸਰਪੰਚ ਨੂੰ ਕਿੰਨੇ ਕੁ ਟਾਈਮ ਤੋਂ ਤੁਸੀਂ ਜਾਣਦੇ ਹੋ ਕਿ ਕਿੰਨੇ ਕੁ ਟਾਈਮ ਦੀ ਇਹ ਸਰਪੰਚ ਬਣ ਰਹੀ ਹੈ ਮਹਿਲਾ? ਸਰਪੰਚ ਨੂੰ ਤਾਂ ਜੀ ਜਦੋਂ ਦੇ ਵਿਆਹ ਕੇ ਆਇਆ ਉਦੋਂ ਤੋਂ ਹੀ ਜਾਣਦੇ ਆ ਜੀ। ਇਹਨਾਂ ਦੇ ਘਰ ਵਾਲੇ ਕੀ ਕੰਮ ਕਰਦੇ ਹੁੰਦੇ ਹਸਬੰਡ ਆ ਜਿਹੜੇ? ਇਹਨਾਂ ਦੇ ਘਰ ਵਾਲੇ ਜੀ ਘਰੇ ਕੰਮ ਸੀਗਾ ਇਹਨਾਂ ਦਾ ਜਿਹੜੇ ਸਹੁਰਾ ਸਾਹਿਬ ਆ ਉਹ ਠੇਕੇਦਾਰ ਸੀਗਾ ਜੀ। ਜੀ ਕੁਛ ਟਾਈਮ ਪਹਿਲਾਂ ਇਹਨਾਂ ਦੇ ਘਰ ਵਾਲੇ ਨਸ਼ਾ ਬੰਦ ਹੋਇਆ ਸੀ ਨਸ਼ੇ ਬੰਦ ਨੂੰ ਮੁਹਿੰਮ ਨੂੰ ਲੈ ਕੇ ਵੀ ਉਦੋਂ ਵੀ ਕਾਫੀ ਵਾਰੀ ਆਪਣੇ ਕੰਮਾਂ ਦੇ ਕਰਕੇ ਚਰਚਾ ਵਿੱਚ ਰਹੀ। ਦੇਖੋ ਜੀ ਨਸ਼ਾ ਤਾਂ ਜੀ ਸਾਡਾ ਸਾਰਾ ਪਿੰਡ ਹੀ ਚਾਹੁੰਦਾ ਜੀ। ਜੀ ਬਿਲਕੁਲ ਬਿਲਕੁਲ ਚਾਹੁੰਦਾ ਵਾ ਪੂਰਾ ਪੰਜਾਬ ਹੀ ਚਾਹੁੰਦਾ ਨਸ਼ਾ ਬੰਦ ਹੋਵੇ ਪੰਜਾਬ ਲਗਾ ਬੂਰੀ ਕਛੇ। ਜੀ ਨਸ਼ੇ ਦੇ ਵਿੱਚ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਜੀ ਜੀ ਸਾਡੀ ਜੋ ਮੌਜੂਦਾ ਪੰਚਾਇਤ ਆ ਜੀ ਜਾਂ ਜੋ ਪਹਿਲਾਂ ਪੰਚਾਇਤ ਆ ਜੋ ਨੁਮਾਇੰਦੇ ਆ ਜੋ
ਪਿੰਡ ਦੇ ਸਰਕਾਰ ਨੁਮਾਇੰਦੇ ਆ ਉਹਨਾਂ ਨੂੰ ਸਾਡੇ ਗੰਗਾਪੁਰੀ ਡੇਰਾ ਜੀ ਜੀ ਉੱਥੇ ਨੌਜਵਾਨ ਮੁੰਡਿਆਂ ਨੇ 2 ਦਿਨ ਪਹਿਲਾਂ ਧਰਨਾ ਲਾਉਣ ਤੋਂ ਪਹਿਲਾਂ ਇਹਨਾਂ ਨੂੰ ਸੱਦ ਕੇ ਸਹੁੰ ਖਿਲਾਈ ਸੀ ਵੀ ਅਸੀਂ ਤੁਹਾਡੇ ਨਾਲ ਤਾਂ ਤੁਰਾਂਗੇ ਵੀ ਜਿਵੇਂ ਅੱਗੇ ਨਸ਼ੇ ਵਾਲੇ ਨੂੰ ਮੁੰਡਿਆਂ ਨੇ ਇਦੋਂ 4 ਸਾਲ ਪਹਿਲਾਂ ਜੀ ਜੀ ਮੁੰਡਿਆਂ ਨੇ ਇਕੱਠੇ ਹੋ ਕੇ ਨੌਜਵਾਨ ਮੁੰਡਿਆਂ ਨੇ ਚਲਾਈ ਸੀ ਨਸ਼ੇ ਵੇਚਣ ਵਾਲੇ ਖੁਦ ਉਹਨਾਂ ਨੇ ਫੜਾਏ ਸੀ ਜਾਂ ਜੇ ਕੋਈ ਆਉਂਦਾ ਸੀ ਤਾਂ ਉਹਦਾ ਵਿਰੋਧ ਕਰਦੇ ਸੀ ਲੈਣ ਵਾਲੇ ਦਾ ਜੀ ਤਾਂ ਉਦੋਂ ਬਾਅਦ ਜਦੋਂ ਉਹਨਾਂ ਨੇ ਫੜਾਏ ਤਾਂ ਵਿੱਚੋਂ ਪਿੰਡ ਦੇ ਮੋਹਤਬਾਰਾਂ ਨੇ ਉਹਨਾਂ ਦੀਆਂ ਜ਼ਮਾਨਤਾਂ ਕਰਾਤੀਆਂ ਜੀ ਜੀ ਤਾਂ ਇਸ ਵਿਸ਼ੇ 'ਤੇ ਇਸ ਵਾਰ ਮੁੰਡਿਆਂ ਨੇ ਸਾਫ਼ ਸਟੈਂਡ ਲਿਆ ਬਈ ਅਸੀਂ ਤੁਹਾਡੇ ਨਾਲ ਪੰਚਾਇਤ ਨਾਲ ਤਾਂ ਤੁਰਾਂਗੇ ਜੇ ਤੁਸੀਂ ਪਹਿਲਾਂ ਸਹੁੰ ਖਾਂਦੇ ਹੋ ਵੀ ਇਹਨਾਂ ਦੀਆਂ ਜ਼ਮਾਨਤਾਂ ਨਹੀਂ ਹੋਣਗੀਆਂ ਜੀ ਜੀ ਅਤੇ ਉਹ ਪੂਰੇ ਪਿੰਡ ਦਾ ਸੀ ਜੀ ਪੂਰਾ ਪਿੰਡ ਨੇ ਉੱਥੇ ਜਾ ਕੇ ਧਰਨਾ ਲਾਇਆ ਜੀ ਪੂਰਾ ਪਿੰਡ ਹੀ ਨਸ਼ਿਆਂ ਦੇ ਖਿਲਾਫ ਹੋਇਆ ਜੀ ਤੇ ਚਲੋ ਜੋ ਜੀ ਜੋ ਹੋਇਆ ਹੁੰਦਾ ਜੋ ਹੁੰਦਾ ਜੀ ਉਹ ਬੇਨਤੀ ਕਰਨੀ ਚਾਹੁੰਦਾ ਮੈਂ NRI ਵੀਰਾਂ ਨੂੰ ਵੀ ਜੀ ਤੇ ਹੋਰ ਪੰਜਾਬ ਦੇ ਪਦਵੰਤੇ ਸੱਜਣਾਂ ਨੂੰ ਜੋ ਵੀ ਫੇਸਬੁੱਕ ਤੇ ਰਹਿੰਦੇ ਨੇ ਜੀ ਜੀ ਇੱਕ ਵਾਰੀ ਕਿਸੇ ਦੇ ਬਾਰੇ ਵੀ ਕੁਛ ਵੀ ਕਿਸੇ ਨੂੰ ਮੰਨ ਲਓ ਚਾਹੇ ਕਿਸੇ ਨੂੰ ਤੁਸੀਂ ਤਰੀਫ ਕਰਨੀ ਆ ਕੁਛ ਕਰਨੀ ਆ ਜਾਂ ਮੰਦਭਾਗੀ ਬੋਲਣਾ ਕੁਛ ਨਾ ਜਾਣ ਕੇ ਉਹਦੇ ਬਾਰੇ ਪਹਿਲਾਂ ਤੁਸੀਂ ਥੋੜਾ ਜਿਹਾ ਲੈਵਲ ਤੇ ਪਿੰਡ ਦੇ ਲੈਵਲ ਤੇ ਜਾਂਚ ਕਰ ਲਓ ਜੀ ਬਈ ਜਿਹੜਾ ਹੁਣ ਜੇ ਬਾਈ ਸਾਹਿਬ ਗੱਲ ਕਰੀਏ ਆਪਾਂ ਜਿਹੜਾ ਨਾਰੀ ਸੰਚਾਲਨ ਪ੍ਰੋਗਰਾਮ ਹੋ ਰਿਹਾ ਉਸ ਦੇ ਵਿੱਚ ਅਜਿਹੇ ਸ਼ਬਦ ਕਿਉਂ ਵਰਤੇ ਗਏ ਜਿਸ ਨਾਲ ਸਿੱਖਾਂ ਦੇ ਹਿਰਦੇ ਬਲੁੰਦਰੇ ਗਏ ਆ ਅਤੇ ਸਿੱਖਾਂ ਨੂੰ ਲੈ ਕੇ ਵਾਰ ਵਾਰ ਟਾਰਗੇਟ ਕੀਤਾ ਗਿਆ ਇਸ ਨੂੰ ਦੇਖੋ ਜੀ ਜੋ ਇਹ ਸਾਡੀ ਸਾਡਾ ਸਰਪੰਚ ਆ ਜੀ ਗੁਰਪ੍ਰੀਤ ਕੌਰ ਜੀ ਇਹ ਥੋੜ੍ਹੇ ਜਿਹੇ ਝਗੜਾਲੂ ਲਾ ਲਓ ਗੁੱਸੇ ਵਾਲੇ ਸੁਭਾਅ ਦੇ ਨੇ ਜੀ ਅਤੇ ਇਹ ਇੱਕ ਇਹਨਾਂ ਦੇ ਵਿੱਚ ਥੋੜ੍ਹਾ ਜਿਹਾ ਇਹ ਆ ਮੰਨ ਲਓ ਹੋਮੇ ਲਾ ਲਓ ਕੁਛ ਲਾ ਲਓ ਜੀ ਜੀ ਇਹ ਦੂਜੇ ਨੂੰ ਨੀਚਾ ਦਿਖਾਉਣਾ ਚਾਹੁੰਦੀ ਆ ਜੀ ਜੀ ਇਹਦੇ ਨਾਲ ਜੀ ਜੋ ਇਹਨੇ ਲਫ਼ਜ਼ ਬੋਲੇ ਗਏ ਆ ਜੀ ਇਹਦੇ ਕੁਛ ਟਾਈਮ ਪਹਿਲਾਂ ਇਹ 10 ਮੰਨ ਲਓ ਅਕਤੂਬਰ 2022 'ਚ ਰੌਲਾ ਪਿਆ ਸੀ ਜੀ ਸਾਡੀ ਪੰਚਾਇਤੀ ਜ਼ਮੀਨ ਦਾ ਜੀ ਪੰਚਾਇਤੀ ਜ਼ਮੀਨ ਉਹਦੇ ਵਿੱਚ 2 ਘਰਾਂ ਦੇ ਗੇਟ ਵੀ ਸੀ ਜੀ ਜੀ ਚਲੋ ਕੁਛ ਹੋਰ ਵੀ ਵਿਸ਼ੇ ਬਣੇ ਸੀ ਜੀ ਜੀ ਉੱਥੇ ਇੱਕ ਸਾਈਡ ਹੋ ਕੇ ਚਲੋ ਜੋ ਵੀ ਤਬਕਾ ਸਾਡੀ ਤਾਕਤ ਉਪੱਤੀ ਸੀ ਉਹ ਇੱਕ ਸਾਈਡ ਇਹਨਾਂ ਦੇ ਵਿਰੁੱਧ ਹੋ ਗਈ ਸੀ ਜੀ ਜੀ ਇਹਨਾਂ ਤੋਂ ਸਿਰਫ ਅਸੀਂ ਮਤੇ ਮੰਗੇ ਗਏ ਸੀਗੇ ਵੀ ਜੇ ਤੁਸੀਂ ਇਹ ਪੰਚਾਇਤ ਦੀ ਜ਼ਮੀਨ 'ਤੇ ਕੀ ਵੀ ਕਰਨਾ ਚਾਹੁੰਦੇ ਹੋ ਸਾਨੂੰ ਮਤੇ ਦਿਖਾ ਦਿਓ ਜੀ ਇਹ ਲਾਈਵ ਵੀ ਪਈ ਹੋਈ ਆ ਜੀ ਉਹ 'ਚ ਵੀ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸੀ ਸਾਨੂੰ ਮਤਾ ਦਿਖਾ ਦਿਓ ਜੇਕਰ ਬਾਈ ਜੀ ਅਗਲੀ ਗੱਲ ਕਰੀਏ ਤਾਂ ਪਿੰਡ ਦਾ ਵਿਕਾਸ ਕਿੱਥੇ ਵੀ ਖੜਾ ਹਾਲੇ ਕਰ ਆਪਾਂ ਅਗਲੀ ਗੱਲ ਬਾਅਦ 'ਚ ਕਰਦੇ ਬੇਅਦ ਵੀ ਪਿੰਡ ਦਾ ਵਿਕਾਸ ਕਿਉਂਕਿ ਸਰਪੰਚ ਬਣੇ ਆ ਤਾਂ ਪਿੰਡ ਦਾ ਵਿਕਾਸ ਸਹੀ ਚੱਲ ਰਿਹਾ ਇਸ ਤਰ੍ਹਾਂ ਵਿਕਾਸ ਬਾਰੇ ਤਾਂ ਜੀ 5 January 2023 ਨੂੰ ਅਜਲਾਸ ਹੋਇਆ ਸੀ ਜੀ ਉਹ ਅਜਲਾਸ ਲਾਈਵ ਪਿਆ ਹੋਇਆ ਜੀ ਜੀ ਉਹ ਚੈੱਕ ਕਰ ਲਿਓ ਜੀ ਸਾਡੀ ਮੇਨ ਸੜਕ ਆ ਜੀ GT ਰੋਡ ਤੋਂ ਲੈ ਕੇ ਪਿੰਡ ਵਾਲੀ ਜਿਹੜੀ ਸਵੱਦੀ ਤਲਵੰਡੀ ਗਾਂ ਪਿੰਡਾਂ ਨੂੰ ਜੋੜਦੀ ਆ ਜੀ ਉਹ ਇਹ ਪੰਚਾਇਤ ਨੇ ਬਿਨਾਂ NOC ਲਏ ਜੀ ਜੀ ਪੱਟਤੀ ਜੀ ਉਹ ਪੂਰਾ ਸਾਲ ਹੋ ਗਿਆ ਜੀ ਸਾਲੋਂ ਉੱਪਰ ਹੋ ਗਿਆ ਜੀ ਉਹ ਬਣ ਨਹੀਂ ਰਹੀ ਸਾਡੀਆਂ 3 ਸੜਕਾਂ ਨੇ ਜੀ ਜੇਕਰ ਹੁਣ ਆਪਾਂ ਅਸਲੀ ਮੁੱਦੇ ਤੇ ਆਈਏ ਤਾਂ ਜਿਹੜੇ ਹੁਣ ਸਿੱਖਾਂ ਬਾਰੇ ਇਹਨਾਂ ਨੇ ਬੋਲਿਆ ਕਿ ਦਾੜੀ ਵਾਸਤੇ ਕੁਝ ਮੰਦਭਾਗੀ ਸ਼ਬਦ ਬੋਲੇ ਉਹਨਾਂ ਬਾਰੇ ਥੋੜੀ ਚੱਲਣਾ ਬਾਬਾ ਇਹ ਜਿਹੜੇ ਸ਼ਬਦ ਬੋਲੇ ਗਏ ਆ ਜੀ ਜੀ ਇਹ ਉਹ ਜਿਹੜੇ ਕੁਝ ਬੰਦੇ ਮੰਨ ਲਓ ਜਿਹੜੇ ਇਹਨਾਂ ਦੇ ਐਂਟੀ ਜਾਂ ਕੁਝ ਵੀ ਸੀ ਉਹਨਾਂ ਨੂੰ ਨੀਚਾ ਦਿਖਾਉਣ ਲਈ ਜਾਣ ਬੁੱਝ ਕੇ ਬੋਲੇ ਗਏ ਆ ਜੀ ਜੀ ਇਹ ਬੀਬੀ ਤੋਂ ਐਜ ਏ ਮੈਂ ਸਿੱਖ ਹੋਣ ਦੇ ਨਾਤੇ ਜੀ ਜੀ ਐਜ ਏ ਸਿੱਖ ਹੋਣ ਦੇ ਨਾਤੇ ਉਦਾਂ ਵੀ ਇਹਨੂੰ ਮੰਨ ਲਓ ਪੱਧਰ ਪਿੰਡ ਪੱਧਰ 'ਤੇ ਵੀ 1-2 ਵਾਰ ਪੁੱਛਿਆ ਗਿਆ ਸੀ ਵੀ ਬੀਬੀ ਜਾਂ ਤਾਂ ਤੂੰ ਸਪਸ਼ਟੀਕਰਨ ਦੇ ਜੇ ਉਹ ਬੰਦੇ ਨੇ ਤੈਨੂੰ ਦਾੜੀ ਬਰੀ ਕਿਹਾ ਸੀ ਜਾਂ ਕਮੈਂਟ ਕੀਤਾ ਸੀ ਉਹਦਾ ਨਾਂ ਲਓ ਜੀ ਬਿਲਕੁਲ 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 ਉਹਦਾ ਨਾਂ ਲਓ ਤੁਸੀਂ ਸਾਰਿਆਂ ਬਾਰੇ ਨਹੀਂ ਇਸ ਤਰੀਕੇ ਨਾਲ ਬੋਲ ਸਕਦੇ ਹਾਂਜੀ ਬੋਲ ਸਕਦੇ ਜੀ ਇਹਨਾਂ ਨੇ ਮੈਨੂੰ ਕੋਈ ਜਾਣ ਕੇ ਮੈਨੂੰ ਇਗਨੋਰ ਹੀ ਕਰਤਾ ਇਹ ਚੀਜ਼ਾਂ ਨੂੰ ਜੀ ਉਸ ਤੋਂ ਬਾਅਦ ਮੈਂ 5 January ਨੂੰ ਜੀ 5 January 2023 ਨੂੰ ਅਜਲਾਸ ਦੇ ਵਿੱਚ ਜੀ ਜੀ ਇਹ ਪੁੱਛਿਆ ਗਿਆ ਇਹ ਸਵਾਲ ਵੀ ਕੀਤੇ ਤੁਸੀਂ ਹਾਂਜੀ ਵੀ ਬੀਬੀ ਜਿਹੜੇ ਤੂੰ ਦਾੜੀਆਂ ਬਾਰੇ ਕਮੈਂਟ ਕੀਤਾ ਸੀ ਜੀ ਵੀ ਜੇ ਤੈਨੂੰ ਕਿਸੇ ਬੰਦੇ ਨੇ ਕਿਹਾ ਇਹ ਗੱਲ ਕਹੀ ਆ ਤਾਂ ਉਹਦਾ ਨਾਂ ਲੈ ਨਹੀਂ ਇੱਥੇ ਸਪਸ਼ਟੀ ਕਰਦੇ ਇਹ ਬੀਬੀ ਉਲਟਾ ਮੈਨੂੰ ਝਗੜ ਕੇ ਮੈਨੂੰ ਕਹਿੰਦੀ ਆ ਤੂੰ ਅੱਖ ਨੀਵੀਂ ਕਰ ਜੇ ਬੋ ਇਹ ਤੁਸੀਂ ਲਾਈਵ ਪਾ ਸਕਦੇ ਹੋ ਜੀ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਇੱਥੇ ਮੈਂ ਨਾਲ ਨਾਲ ਉਹ ਅਜਲਾਸ ਦੀ ਵੀਡੀਓ ਚਲਾ ਰਿਹਾ ਜਿਸ ਦੇ ਵਿੱਚ ਬੀਬੀ ਨੂੰ ਤਿੱਖੇ ਸਵਾਲ ਕੀਤੇ ਜਾ ਰਹੇ ਇਸ ਬਾਈ ਵੱਲੋਂ ਅਤੇ ਬੀਬੀ ਉਹ ਸਵਾਲਾਂ ਦਾ ਕਿਸ ਤਰੀਕੇ ਨਾਲ ਜਵਾਬ ਦੇ ਰਹੀ ਜਾਂ ਆਪਣੇ ਸਵਾਲਾਂ ਤੋਂ ਭੱਜਦੀ ਹੋਈ ਨਜ਼ਰ ਆ ਰਹੀ ਹੈ ਅਤੇ ਗੁਰਬਾਣੀ ਕਹਿੰਦੀ ਵੱਡੇ ਵੱਡੇ ਹੰਕਾਰੀ ਆ ਨਾਨਕ ਗਰਭ ਗਲੇ ਅਤੇ ਬਾਈ ਨੇ ਜਿਵੇਂ ਕਿਹਾ ਕਿ ਹੰਕਾਰ ਦੀ ਬੀਬੀ ਨੇ ਬੜਾ ਭਾਰੀ ਹੰਕਾਰ ਭਰਿਆ ਹੋਇਆ ਹੁਣ ਮੇਰੇ ਨਾਲ ਜਸਪ੍ਰੀਤ ਢੋਲਨ ਜੀ ਗੱਲਬਾਤ ਕਰਨਗੇ ਜੋ ਸਤਿਕਾਰ ਕਮੇਟੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਧਾਨ ਨੇ ਜ਼ਿਲ੍ਹਾ ਲੁਧਿਆਣਾ ਤੋਂ ਉਹਨਾਂ ਗੱਲਬਾਤ ਕਰਦੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕਿਵੇਂ ਵੇਖਦੇ ਹੋ ਜਿਵੇਂ ਕਿ ਬਾਈ ਨੇ ਇੱਕ ਬੀਬੀ ਬਾਰੇ ਦੱਸਿਆ ਅਤੇ ਉਹ ਮਹਿਲਾ ਸਰਪੰਚ ਆ ਪਿੰਡ ਮੜਿਆਣੀ ਦੀ ਉਹਨਾਂ ਵੱਲੋਂ ਕਹਿ ਰਿਹਾ ਕਿ ਦਾੜੀ ਵਾਸਤੇ ਸਿੱਖਾਂ ਦੀ ਵਾਸਤੇ ਮੰਦਭਾਗੇ ਸ਼ਬਦ ਬੋਲੇ ਜਾ ਰਹੇ ਆ ਹਾਂਜੀ ਦਾਸ ਲੁਧਿਆਣਾ ਬਰਨਾਲਾ ਪ੍ਰਧਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਤੋਂ ਜੀ ਜਸਪ੍ਰੀਤ ਸਿੰਘ ਢੋਲਣ ਉਹ ਬੜੇ ਮੰਦਭਾਗੇ ਨੇ ਜੀ ਉਹ ਨਾ ਜੀ ਗੱਲ ਇਹ ਆ ਕਿ ਪੂਰਾ ਪੰਜਾਬ ਸਿੱਖੀ ਦਾ ਧੁਰਾ ਜੀ
ਪਿੰਡਾਂ ਵਿੱਚ ਜ਼ਿਆਦਾਤਰ ਜਿਹੜੀ ਸਿੱਖ ਕਮਿਊਨਿਟੀ ਹੈਗੀ ਆ ਜੀ ਦਾੜੀ ਬੜਾ ਹੀ ਸਾਡੇ ਲਈ ਸੰਵੇਦਨਸ਼ੀਲ ਮਤਲਬ ਧਾਰਮਿਕ ਇਸ਼ੂ ਆ ਸਾਡਾ ਮਤਲਬ ਧਰਮ ਨਾਲ ਜੁੜਿਆ ਹੋਇਆ ਇੱਕ ਚਿੰਨ੍ਹ ਆ ਸਾਡਾ ਜੀ ਦਾੜੀ ਕੇਸ ਜੀ ਤੋ ਕਿਸੇ ਨੂੰ ਅਧਿਕਾਰ ਹੈ ਨਹੀਂ ਗਾ ਵੀ ਇਸ ਤਰ੍ਹਾਂ ਦੀ ਜੋ ਉਹਨਾਂ ਨੇ ਸ਼ਬਦਾਵਲੀ ਉਹਨਾਂ ਨੇ ਖੁੱਲ੍ਹੇਆਮ ਇੱਕ ਸੈਮੀਨਾਰ ਪਤਾ ਲੱਗਿਆ ਜਿਹਦੇ ਵਿੱਚ ਉਹਨਾਂ ਨੇ ਲੁਧਿਆਣੇ ਦੇ ਵੱਡੇ ਸੈਮੀਨਾਰ ਦੇ ਵਿੱਚ ਉਹਨਾਂ ਨੇ ਦਾੜੀ ਦੇ ਬਾਰੇ ਇੱਦਾਂ ਦਾ ਕਿਹਾ ਕਿ ਮੱਝਦਾ ਮੈਂ ਜਿੱਦਾਂ ਉਹ ਬੋਲ ਰਿਹਾ ਕਿ ਮੂਤ ਲੈ ਕੇ ਆਉਂਗੀ ਮਤਲਬ ਉਹਦੇ ਨਾਲ ਧੋ ਲੈਣ ਜੇ ਉਹ ਬਿਲਕੁਲ ਬਿਲਕੁਲ ਉਹ ਕਹਿ ਰਹੀ ਹੈ ਕਿ ਮੈਂ ਤੁਹਾਨੂੰ ਗਾਂ ਦਾ ਮੂਤ ਦੇਵਾਂ ਜੇ ਰਾਮਦੇਵ ਦਾ ਮੂਤ ਦੇਵਾਂ ਮਤਲਬ ਉਹਨਾਂ ਨੂੰ ਇਹ ਬਿਲਕੁਲ ਕੋਈ ਰਾਈਟ ਨਹੀਂ ਸੀ ਕੋਈ ਅਧਿਕਾਰ ਨਹੀਂ ਸੀ ਕਿ ਇਸ ਤਰ੍ਹਾਂ ਉਹ ਕੋਈ ਲਫ਼ਜ਼ ਬੋਲਣ ਜੀ ਸੋ ਇਹਦੇ ਨਾਲ ਭਾਰੀ ਠੇਸ ਪਹੁੰਚੀ ਆ ਸਾਡੇ ਹਿਰਦਿਆਂ ਨੂੰ ਜੀ ਜਾਣ ਬੁੱਝ ਕੇ ਉਹਨਾਂ ਵੱਲੋਂ ਇਹ ਸਿੱਖ ਭਾਵਨਾ ਨੂੰ ਠੇਸ ਪਹੁੰਚਾਈ ਗਈ ਆ ਜਾਣ ਬੁੱਝ ਕੇ ਇੰਟੈਂਸ਼ਨਲੀ ਇਹ ਆ ਕਿ ਦੁਬਾਰਾ ਬਾਈ ਜੀ ਗਏ ਨੇ ਉਹਦੇ ਕੋਲ ਜੀ ਉਹਨੂੰ ਪੁੱਛਿਆ ਕਿ ਦੱਸੋ ਸਪੱਸ਼ਟ ਕਰੋ ਸਪੱਸ਼ਟ ਕਰਨ ਦੀ ਬਜਾਏ ਉਹਨਾਂ ਨੇ ਮੂਹਰੇ ਡਿਬੇਟ ਕੀਤੀ ਉਹਨਾਂ ਨੇ ਆਰਗੂ ਕੀਤੀ ਜੀ ਦੈਟ ਮੀਨਸ ਕਿ ਉਹ ਮਤਲਬ ਜਾਣ ਬੁੱਝ ਕੇ ਹੀ ਉਹਨਾਂ ਨੇ ਮਤਲਬ ਸਿੱਖ ਕੌਮ ਨੂੰ ਟਾਰਗੇਟ ਕੀਤਾ ਨਹੀਂ ਤਾਂ ਉਹ ਕਹਿ ਸਕਦੇ ਸੀ ਜੋ ਵੀ ਮਤਲਬ ਆਪਣੇ ਮਨ 'ਚ ਸੀਗਾ ਪਰ ਉਹਨਾਂ ਨੇ ਜਾਣ ਬੁੱਝ ਕੇ ਕੰਮ ਕੀਤਾ ਜੇਕਰ ਬਾਬਾ ਜੀ ਗੱਲ ਕਰੀਏ ਤਾਂ ਸਿੱਖ ਧਰਮ ਦੇ ਵਿੱਚ ਇੱਕ ਨਾਰੀ ਨੂੰ ਬੜਾ ਵੱਡਾ ਦਰਜਾ ਦਿੱਤਾ ਜਾਂਦਾ ਅਤੇ ਨਾਰੀ ਦਾ ਬੜਾ ਸਿੱਖ ਧਰਮ ਦੇ ਵਿੱਚ ਆਦਬ ਨਾਲ ਸਤਿਕਾਰ ਵੀ ਕੀਤਾ ਜਾਂਦਾ ਪਰ ਜੇਕਰ ਇੱਕ ਮਹਿਲਾ ਸਰਪੰਚ ਅਜਿਹੇ ਸਿੱਖਾਂ ਵਾਸਤੇ ਮੰਦਭਾਗੀ ਸ਼ਬਦ ਬੋਲੇ ਤਾਂ ਕਿਵੇਂ ਵੇਖਦੇ ਹੋ ਔਰਤ ਦਾ ਬਿਨਾਂ ਸ਼ੱਕ ਅਸੀਂ ਬੜਾ ਸਨਮਾਨ ਕਰਦੇ ਹਾਂ ਗੁਰੂ ਸਾਹਿਬ ਸਾਨੂੰ ਪ੍ਰਮਾਣ ਕਰਦੇ ਆ ਸੋ ਕਿਉਂ ਮੰਦ ਆਖਿਆ ਜਿੱਤ ਜਮਹ ਰਾਜਾਨ ਰਾਜਿਆਂ ਨੂੰ ਜੰਮਦੀ ਆ ਜੀ ਵੱਡੇ ਵੱਡੇ ਰਿਸ਼ੀ ਮੁਨੀਆਂ ਨੂੰ ਜਨਮ ਦਿੱਤਾ ਇਹਦਾ ਸਤਿਕਾਰ ਕਰਨਾ ਸਿੱਖ ਧਰਮ ਨੂੰ ਹੁਕਮ ਆ ਗੁਰੂ ਸਾਹਿਬ ਦਾ ਜੀ ਅਸੀਂ ਬਿਨਾਂ ਸ਼ੱਕ ਸਤਿਕਾਰ ਕਰਦੇ ਹਾਂ ਪਰ ਦੱਸੋ ਇਹ ਕਿਵੇਂ ਅਲਾਓ ਕਰ ਸਕਦੇ ਅਸੀਂ ਕਿ ਕੋਈ ਸਾਡੇ ਧਾਰਮਿਕ ਚਿੰਨ੍ਹਾਂ ਬਾਰੇ ਇਸ ਤਰ੍ਹਾਂ ਕੋਈ ਬੋਲੇ ਜੀ ਹੁਣ ਇੱਥੇ ਮੈਂ ਇੱਕ ਇਤਿਹਾਸਕ ਤੱਥਾਂ ਤਹਿਤ ਇੱਕ ਸਾਂਝੀ ਕਰੂੰਗਾ ਇੱਕ ਘਟਨਾ ਜੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਜੀ ਉਹਨਾਂ ਦੇ ਦਰਬਾਰ ਦੇ ਵਿੱਚ ਇੱਕ ਮੁਸਲਮਾਨ ਨੂੰ ਮਤਲਬ ਕਹਿ ਲਓ ਵੀ ਤੁਸੀਂ 10-12 ਵਾਰੀ ਲਗਾਤਾਰ ਸਿੱਖ ਫੜ ਲਿਆਉਂਦੇ ਸੀਗੇ ਸਿੰਘ ਜੀ ਉਹਨੂੰ ਕੈਦੀ ਬਣਾ ਕੇ ਬੰਦੀ ਬਣਾ ਕੇ ਲਿਆਉਂਦੇ ਸੀ ਜੀ ਅਤੇ ਉਹ ਹਰ ਵਾਰੀ ਮਹਾਰਾਜਾ ਰਣਜੀਤ ਸਿੰਘ ਉਹਨੂੰ ਛੱਡ ਦਿੰਦਾ ਸੀ ਜੀ ਜਦੋਂ ਇਹ ਲਗਾਤਾਰ ਚੱਲੀ ਗਿਆ ਕੰਮ ਤਾਂ ਇੱਕ ਵਾਰੀ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਕਿ ਇਹ ਤੁਸੀਂ ਇਹਨੂੰ ਛੱਡ ਦਿੰਦੇ ਹੋ ਇਹ ਅਫਗਾਨੀ ਲੋਕ ਬੜੇ ਹਿੰਸਕ ਨੇ ਇਹ ਦੁਬਾਰਾ ਆਪਣੀ ਤਾਕਤ ਦੇ ਵਿੱਚ ਵਾਧਾ ਕਰਕੇ ਇਹ ਦੁਬਾਰਾ ਸਿੱਖਾਂ ਨਾਲ ਜੰਗ ਯੁੱਧ ਕਰਦੇ ਨੇ ਸਾਡੇ ਨਾਲ ਆ ਕੇ ਮੈਦਾਨ ਦੇ ਵਿੱਚ ਫਿਰ ਤੋਂ ਟੱਕਰਦੇ ਨੇ ਫਿਰ ਤੋਂ ਸਾਡੇ ਸਿੰਘ ਜ਼ਖਮੀ ਹੋ ਜਾਂਦੇ ਨੇ ਇਹ ਮਤਲਬ ਅਸੀਂ ਬੜੀ ਮੁਸ਼ਕਲ ਨਾਲ ਇਹਨਾਂ ਨੂੰ ਫਿਰ ਤੋਂ ਕਾਬੂ ਕਰਕੇ ਜਿੱਤ ਕੇ ਲਿਆ ਕੇ ਤੁਹਾਡੇ ਦਰਬਾਰ 'ਚ ਪੇਸ਼ ਕਰ ਦਿੰਦੇ ਹਾਂ ਜੀ ਅਤੇ ਤੁਸੀਂ ਇਹਨਾਂ ਨੂੰ ਹਰ ਵਾਰ ਛੱਡ ਦਿੰਦੇ ਹੋ ਜੀ ਜੀ ਵੀ ਮਤਲਬ ਇਸ ਵਾਰ ਮਤਲਬ ਕੁਛ ਬਜ਼ੁਰਗ ਸਿੰਘ ਸੀ ਉਹਨਾਂ ਨੇ ਕਿ ਵੀ ਇਸ ਵਾਰ ਸਾਨੂੰ ਇਹਦੇ ਬਾਰੇ ਤੁਸੀਂ ਸਪੱਸ਼ਟ ਕਰੋ ਵੀ ਤੁਸੀਂ ਇਹਨੂੰ ਕਿਉਂ ਛੱਡ ਦਿੰਦੇ ਹੋ ਜੀ ਤਾਂ ਉੱਥੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਵਾਬ ਸੀ ਜੀ ਉਹ ਕਹਿੰਦੇ ਵੀ ਜਦੋਂ ਇਸ ਮੁਸਲਮਾਨ ਬਜ਼ੁਰਗ ਨੂੰ ਜੋ ਅਫਗਾਨੀ ਸੀਗਾ ਜੀ ਵੀ ਜਦੋਂ ਇਸ ਨੂੰ ਫੜ ਕੇ ਲਿਆਉਂਦੇ ਆ ਸਿੰਘ ਸਾਡੇ ਤਾਂ ਆਪਣੇ ਦੋਨਾਂ ਹੱਥਾਂ ਨਾਲ ਦਾੜੀ ਫੜ ਕੇ ਮਿੰਨਤਾਂ ਕਰਦਾ ਕਿ ਮੇਰੀ ਦਾੜੀ ਦਾ ਵਾਸਤਾ ਮੈਨੂੰ ਛੱਡ ਦਿਓ ਜੀ ਅਤੇ ਉਹ ਕਹਿੰਦੇ ਨੇ ਕਿ ਦਾੜੀ ਮੇਰੇ ਲਈ ਬਹੁਤ ਇੰਪੋਰਟੈਂਸ ਹੈਗੀ ਆ ਰੱਖਦੀ ਆ ਗੁਰੂ ਦੀ ਮੋਹਰ ਆ ਜੀ ਦਾੜੀ 'ਤੇ ਕੇਸ ਇਸ ਕਰਕੇ ਮਤਲਬ ਵੀ ਮੈਂ ਮਤਲਬ ਮੇਰੇ ਕੋਲੋਂ ਕੋਈ ਚਾਰਾ ਨਹੀਂ ਰਹਿ ਜਾਂਦਾ ਜਦੋਂ ਇਹ ਦਾੜੀ ਦਾ ਵਾਸਤਾ ਪਾਉਂਦਾ ਵਾ ਜੀ ਵੀ ਮੈਂ ਇਹਨਾਂ ਨੂੰ ਛੱਡ ਦਿੰਦਾ ਜੀ ਮਤਲਬ ਇਹਨਾਂ ਇਤਿਹਾਸਕ ਤੱਥਾਂ ਤੋਂ ਮੈਂ ਇਹ 'ਤੇ ਸਪੱਸ਼ਟ ਕਰਨਾ ਚਾਹੁੰਦਾ ਕਿ ਦਾੜੀ ਕੇਸ ਸਾਡੇ ਲਈ ਹੱਦ ਤੋਂ ਜ਼ਿਆਦਾ ਮਾਇਨੇ ਰੱਖਦੇ ਨੇ ਜੀ ਬਿਲਕੁਲ ਵੀ ਜੋ ਇੰਟੈਂਸ਼ਨਲੀ ਇਹਨਾਂ ਨੇ ਜਾਣ ਬੁੱਝ ਕੇ ਜੋ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਇਆ ਇਹਦੇ ਵਿੱਚ ਕੋਈ ਸਮਝੌਤਾ ਨਹੀਂ ਜੀ ਕੋਈ ਰਾਜੀਨਾਮਾ ਨਹੀਂ ਬਿਨਾਂ ਸ਼ੱਕ ਪਰਚਾ ਦਰਜ ਕਰਵਾਵਾਂਗੇ ਜੀ ਪ੍ਰਸ਼ਾਸਨ ਨੂੰ ਨਿਮਰਤਾ ਸਾਹਿਬ ਬੇਨਤੀ ਆ ਜੀ ਅਸੀਂ ਪੀਸਫੁਲੀ ਸੰਘਰਸ਼ ਲੜਨ 'ਚ ਯਕੀਨ ਰੱਖਦੇ ਹਾਂ ਜਲਦੀ ਨਹੀਂ ਅਸੀਂ ਰੋਸ ਦੇ ਵਿੱਚ ਆਉਂਦੇ ਜਥੇਬੰਦੀ ਸਾਡੀ ਜੀ ਪਰ ਅਗਰ ਸਾਡੀ ਮਜਬੂਰੀ ਬਣ ਜਾਂਦੀ ਆ ਕੋਈ ਇਹਦੇ ਵਿੱਚ ਕਾਨੂੰਨੀ ਪ੍ਰਕਿਰਿਆ ਵਿੱਚ ਢਿੱਲ ਮੱਸ ਕੀਤੀ ਗਈ ਜੀ ਇਸ ਲੇਡੀ ਦੇ ਬਰਖਿਲਾਫ਼ ਪਰਚਾ ਦਰਜ ਕਰਨ ਦੇ ਵਿੱਚ ਕੋਈ ਢਿੱਲ ਮੱਸ ਸਾਡੇ ਧਿਆਨ 'ਚ ਆਈ ਜੀ ਤਾਂ ਫਿਰ ਅਸੀਂ ਸੜਕਾਂ ਘੇਰ ਲਵਾਂਗੇ ਸੜਕਾਂ 'ਤੇ ਉਤਰ ਆਵਾਂਗੇ ਜਥੇਬੰਦੀਆਂ ਅਸੀਂ ਜਾਮ ਕਰ ਦਿਆਂਗੇ ਸਾਰਾ ਅਤੇ ਮਤਲਬ ਸਾਨੂੰ ਮਜਬੂਰ ਨਾ ਕੀਤਾ ਜਾਵੇ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਇਹ ਬੜਾ ਸੰਵੇਦਨਸ਼ੀਲ ਮੁੱਦਾ ਹੈਗਾ ਵਾ ਜੀ ਇਹਨੂੰ ਬੜੀ ਗੰਭੀਰਤਾ ਨਾਲ ਲਿਆ ਜਾਵੇ ਤਾਂ ਜੋ ਲੋਕ ਇਹੋ ਜਿਹੀਆਂ ਗਲਤ ਜੋ ਸ਼ਬਦਾਵਲੀ ਬਿਨਾਂ ਸੋਚੇ ਸਮਝੇ ਮੂੰਹ 'ਚੋਂ ਬੋਲਦੇ ਨੇ ਜਿਵੇਂ ਕਿ ਮੈਂ ਪਹਿਲਾਂ ਗੁਰੇਜ਼ ਕਰਨ ਬਾਬਾ ਜੀ ਮੈਂ ਪਹਿਲਾਂ ਦੱਸ ਚੁੱਕਿਆ ਕਿ ਕਈ ਵਾਰ ਬੰਦੇ ਫਰੇਮ ਲੈਣ ਵਾਸਤੇ ਵਾਰ ਵਾਰ ਜਿਵੇਂ ਕਿ ਹੋਰ ਵੀ ਕਈ ਆ ਜਿਹੜੇ ਸਿੱਖ ਬੰਦੇ ਨਾਲ ਸਿੱਖ ਜਥੇਬੰਦੀਆਂ ਨਾਲ ਟੱਕਰਾਂ ਮਾਰੇ ਸਿੱਖਾਂ ਧਰਮ ਬਾਰੇ ਸਿੱਖ ਧਰਮ ਬਾਰੇ ਮੰਦਭਾਗੀ ਸ਼ਬਦ ਬੋਲ ਰਹੇ ਕੀ ਇਹ ਵੀ ਇੱਕ ਫਰੇਮ ਲੈਣ ਵਾਸਤੇ ਹੋ ਰਿਹਾ ਸਾਰਾ ਕੁਛ ਦੇਖੋ ਇਸ ਲੇਡੀ ਦਾ ਜਿੱਥੇ ਲੋਕਾਂ ਨੇ ਸਾਰਿਆਂ ਨੇ ਸਤਿਕਾਰ ਕੀਤਾ ਮੈਂ ਖੁਦ ਵੀ ਉਸ ਘਟਨਾ ਕਰਕੇ ਸਤਿਕਾਰ ਕਰਦਾ ਸੀ ਜਦੋਂ ਚਿੱਟੇ ਦੇ ਨਸ਼ੇ ਦਾ ਇਹਨੇ ਵਿਰੋਧ ਕੀਤਾ ਜੀ
सब लोग रिस्पैक्ट करते मैं खुद करता सी पर जो इन्होंने आ जो लफ्ज़ वरते हैं बड़े मंदभागे आ जी ये सिख कम्यूनिटी टारगेट करने की असं बिल्कुल इजाजत नहीं देवे जी यही अलाउ करा ये बरखिलाफ तो असं पूरा डट के संघर्ष लड़ा जी जी इन उपर परचा दर्ज करा के इन्हों जेल भेजा असं जी कार्रवाई करवावे जी जिमें कि भाई ने दसा जे मंडियाणी पिंड उन्होंने दसिया कि यह बीबी एक हंकार जिमें कह सकते एक हंकार से भरे हुए तो हंकार न ही गल करते मैं पहला दस चुका कि गुरबाणी कहें बड़े बड़े हंकारी आ नानक गर्भ गले देखो जी गल कि जदों भी तुम एक सैमीनार दे बहुत गिणती लोगों के मूहरे बोल रहे हो जी तो एक रिसपोंसीबल परसन होने के नाते जिम्मेवार मोहतबर पिंड के सरपंच होने के नाते थोड़ा एक लफ्ज लफ्ज तोल बोल के बोलना पैंदा बिल्कुल जी बिल्कुल अगर थोड़े को सरपंच ही आ गई आ मान लो कोई लेडी सरपंचनी आ जी तो यदा ये थोड़ी मतलब आ कि तुम मतलब जो जी आया थोड़ा बोलने के अधिकार मिल गए जी बिल्कुल 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 सिख कौम नहीं बर्दाश्त करूगी ये कुछ हरकतों शरारती जो तरीके शरारती तरीके बोले गए ने बोल कबोल जी ये बर्दाश्त तो बाहर ने इस संबंधी कि शिकायत दर्ज जा चुके हो जाली करवानी है इस संबंधी देखो जी इन्हों वालों बाई जी वालों सानू रिटर्न दरखास्त इन्होंने मैनू दिती है जी जथेबंदी ने साड़ा प्रोसैस असं लें जो तो कोई घटना होंगी है जी सो इन्होंने सानू साइन करके दी है दो चार वीर ने पिंड चो जी तो वो तो असी मिलेंगे एस एस पी साहब न जगराओं जी डिप्टी साहब जोड़े दाखा ने उन्होंने भी मिलेंगे जी बनता परचा असं तुरंत दर्ज करवावे तो प्रशासन को बेनती है दोबारा फिर निम्रता जी भी जथेबंदी मजबूर ना किया जाए जी असी मतलब जल्दी अपनी होंद न जता के मतलब राजी नहीं है मतलब मजबूरन अगर बनती है कंडीशन तो फिर सानू करना पेगा जी जी वाहिगुरू जी का खालसा वाहिगुरू जी की फतह जिमें कि तुम देखिए कि सिख जथेबंदियों वालों एक प्रशासन भी अपील कर दी है कि जे अजे शरारती आंसर जोड़े सिख धर्म बारे तो सिखा टारगेट करके अपने आप को फ्रेम लेना चाहते हैं अजे आंसर से नत्त पैनी चाहिए तो एक बार असी हूँ इस महिला सरपंच का भी पक्ष जाने की कोशिश करते जो मंडियाणी पिंड है तो जो अपने कामों करके बहुत बार चर्चा में रहे थे पर हूँ इन्हें एक जी मैं तुम्हें पहला भी वीडियो दिखा चुका जिस एक सिखा लैके मंदभागी शब्द बोले गए तो सिखा की दाढ़ी में यह कहा गया कि जेकर तुम गां का मूत मैं लिया दिनी है ज बाबे रामदेव का जोड़ा तैयार किया मूत तो वह लिया दिनी आ तुम अपन दाढ़ियां धो लवो तो आने वाला समा दसेगा कि इस कहानी नवे मुड़ कि आ सकते हैं दर्शको हूँ असं उस सरपंच को बैठे जी एक मैं तुम्हें पहला जो वीडियो स्टार्ट कर लगी से एक वीडियो दिखाई थी जिस के सिखा की दाढ़ी लेके एक सवाल मुद्दा खड़ा होया सिख जथेबंदियों ने सानू पक्ष भी दिता से हूँ असं मंडियाणी पिंड सरपंच मैडम गुरप्रीत को पहुंचे सब तो पहले उन्होंने स्वागत कर लिया भैन जी सत श्रीकाल जी वाहेगुरू जी का खालसा वाहेगुरू जी की फतेह भैन जी एक ताड़ी मैं वीडियो देखी जिस दे सिखा एक टिप्पणी कर रहे हो दाढ़ी में लैके भी मैं तुम मझ दा जहाँ गां का मूत लिया के देने क्यों अजि नौबताई तो क्यों यह शब्द बोले गए पहले तो वीर जी मैं बेनती करना चाहूँगी भी मैं ऐसी सरपंच आगी ठीक है मेरे हस्बैंड की डैथ हुई हुई है कुछ शरारती अंसर ने जिन्होंने कुछ मूहरों इदा के अब शब्द बोले जो मैनू मतलब मेरे दिमाग दे विचो चीज़ घर कर गई जिस दिन ये फंग मतलब होया सी उस दिन मेरे तो स्टेज पर ये बोलिया गया मैं गुरु ग्रंथ साहब तो ते पूरी सिख जथेबंदियों तो हाथ जोड़ के गलती मानती हाँ जे मेरे तो कोई गल अब शब्द बोले गए तो मैं उन्होंने वापस तो नहीं ले सकती घट्टो घट मैं उन्होंने तो माफ़ी जरूर मांग सकती हाँ भी देखो मैं भी एक सिख फैमिली नो बिलोंग करती हाँ मैं भी एक सिख परिवार की धी हाँ गी ठीक है मैं भी गुरु ग्रंथ साहब न मनण वाली हाँ जिम्मे किसी भी गुरसिख न मेरे इस शब्द बोलिया ना दिल नू ठेस पहुँची होवे तां मैं हाथ जोड़ के बेन माफ़ी मंगदी हैंगी जे कोई भी जो भी जथेबंदियां ने मैनू गुरु घर लई जो भी सेवा लाउणगियां मैं तन मन धन तिन्हां तो उस नू मतलब पूरी करूँगी वाहिगुरू जी का खालसा वाहिगुरू जी की फतह